ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਹਰਜਿੰਦਰ ਸਿੰਘ ਖਾਲਸਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਉਹਨਾਂ ਇਹ ਕਿਹਾ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਹੀ ਖਤਰਾ ਹੈ ਅਤੇ ਉਹਨਾਂ ਇਹ ਕਿਹਾ ਹੈ ਕਿ ਜੋ ਲੋਕ ਕੇਜਰੀਵਾਲ ਦੇ ਸਮਰਥਕ ਨੇ ਅਤੇ ਕੇਜਰੀਵਾਲ ਨੂੰ ਹੀ ਸਭ ਕੁਝ ਮੰਨਦੇ ਨੇ ਉਹ ਉਹਨਾਂ ਦੀ ਜਾਨ ਦੇ ਪਿੱਛੇ ਪਏ ਹੋਏ ਨੇ ਅਤੇ ਉਹਨਾਂ ਦੀ ਜਾਨ ਨੂੰ ਵੱਡਾ ਖਤਰਾ ਹੈ। ਹਾਂਜੀ, ਮੇਰੇ ਕੋਲ ਤੋਂ ਮੇਰੇ ਘਰ ਮੇ ਦੋ ਵਾਰੀ ਇੰਸੀਡੈਂਟ ਹੋ ਚੁੱਕਾ ਜੀ। ਨਸ਼ੇੜੀ ਕਿਸਮ ਕੇ ਲੋਕ ਮੋਟਰਸਾਈਕਲੋਂ ਪੇ ਯਹਾਂ ਆਏ ਔਰ ਇਹ ਤਬ ਅਕਾਲੀ ਗੌਰਮੈਂਟ ਥੀ, ਤਬ ਮੈਨੇ ਜਾ ਕੇ ਸੈਂਟਰਲ ਗੌਰਮੈਂਟ ਮੇਂ ਵੀ ਮਿਲਾ ਮਿਨਿਸਟਰ ਜੋ ਆਪਣੇ ਹੋਮ ਮਿਨਿਸਟਰ ਹੈ ਰਾਜਨਾਥ ਸਿੰਘ ਨੂੰ ਵੀ ਮਿਲਾ ਤਾਂ ਮੈਨੇ ਕਿਹਾ ਤਾਂ ਕਿ ਮੇਰੇ ਕੋ ਖਤਰਾ ਹੈ ਕਿਉਂਕਿ ਕੁਛ ਨਸ਼ੇੜੀ ਕਿਸਮ ਕੇ ਨਸ਼ੇ ਲੜਕੇ ਉਹ ਜੋ ਇਨਕਲਾਬ ਜਿੰਦਾਬਾਦ ਕਰਤੇ ਹੈ ਪਾਗਲੋਂ ਕੀ ਤਰ੍ਹਾਂ, ਉਹ ਲੋਕ ਜੋ ਹੈ ਜੋ ਕੇਜਰੀਵਾਲ ਕੋ 11ਵਾਂ ਗੁਰੂ ਮਾਨਤੇ ਥੇ, ਤੋ ਉਹ ਉਸ ਕਿਸਮ ਕੇ ਲੋਕ ਦੋ ਵਾਰੀ ਹਮਾਰੇ ਯਹਾਂ ਆ ਚੁੱਕੇ ਹੈ। ਇਸ ਲਈ ਮੈਨੇ ਯਹਾਂ ਗਾਰਦ ਲਗਵਾਈ ਥੀ, ਲੇਕਿਨ ਅਬ ਉਹ ਕੈਪਟਨ ਸਾਹਿਬ ਨੇ ਆ ਕੇ ਉਹ ਵੀ ਹਟਾ ਦੀ ਹੈ, ਲੇਕਿਨ ਹਮ ਆਪਣਾ ਖਿਆਲ ਰੱਖਤੇ ਹੈ। ਮੈਂ ਤੋ ਬਾਹਰ ਸੈਰ ਵੀ ਨਹੀਂ ਕਰਨੇ ਜਾਤਾ ਜੀ, ਕਿਉਂਕਿ ਇਹ ਲੋਕ ਜੋ ਯੂਪੀ ਬਿਹਾਰ ਵਾਲੇ ਹੈ ਇਹ ਕ੍ਰਿਮੀਨਲ ਟਾਈਪ ਕੇ ਲੋਕ ਹੈ ਜੀ, ਵਹਾਂ ਇਨਕੀ ਰਾਜਨੀਤੀ ਮੇਂ ਕ੍ਰਾਈਮ ਨੋਰਮਲ ਸੀ ਬਾਤ ਹੈ ਜੀ। ਮੈਂ ਤੋ ਧਿਆਨ ਰੱਖਤਾ ਹੂੰ ਜੀ। ਆਪਣਾ ਵੀ ਖਤਰਾ ਲੱਗ ਰਿਹਾ ਜੀ? ਜੀ, ਮੇਰੇ ਕੋ ਖਤਰਾ।